ਸਾਡੇ ਤਿੰਨਾਂ ਦੇ ਪਿੰਡ ਪਾਕਿਸਤਾਨ ਵਾਲੇ ਪੁਰਾਣੇ ਵੀ ਤੇ ਨਵੇਂ ਉਧਰ ਰਹਿ ਗਏ ਆ। ਪੁਰਾਣੇ ਨਵੇਂ ਕਿਹੜੇ ਸੀਗੇ? ਪੁਰਾਣੇ ਸਿਆਲਕੋਟ ਟਟਕੇ ਪਿੰਡ ਸੀ। ਇਹਨਾਂ ਦਾ ਪਿਓ ਜੈ ਸਿੰਘ, ਨੱਥਾ ਸਿੰਘ, ਜੈ ਸਿੰਘ ਸ਼ਾਹ, ਈਸਰ ਸਿੰਘ, ਅੱਛਾ ਜੀ, ਇਹ ਚਾਰ ਜਣੇ ਬੁੱਢੇ ਹਨ ਵੀ ਰਹਿ ਗਏ ਵੀ ਕੱਲ ਨੂੰ ਮੋੜ ਆਉਣਾ। ਅੱਛਾ, ਜਿਹੜਾ ਜੈ ਸਿੰਘ ਨੇ ਇਹਨੇ ਰੌਲਿਆਂ ਗੌਲਿਆਂ ਦੇ ਵਿੱਚ 81 ਰੁਪਇਆਂ ਦੀ ਝੋਟੀ ਵੇਚ ਦਿੱਤੀ। ਅੱਛਾ ਜੀ, ਝੋਟੀ ਵੇਚੀ ਤੇ ਪੈਸੇ ਤੇ ਕੋਲ ਹੀ ਰੱਖਣੇ ਆ। ਉਹ ਮੁਸਲਮਾਨ ਕਹਿਣ ਲੱਗੇ ਵੀ ਚਲੋ ਤੁਹਾਨੂੰ ਕੈਂਪ 'ਚ ਛੱਡ ਆਉਂਦੇ ਹਾਂ। ਉਹ ਕੈਂਪ 'ਚ ਲੈ ਕੇ ਤੁਰ ਪਏ, ਜਿਵੇਂ ਆ ਰਾਹ ਚੋਈ ਆਵੇ ਕੋਈ ਆਵੇ, ਉੱਥੇ ਆਣ ਕੇ ਜੀ ਉਹਨਾਂ ਦੇ ਗਲ ਪੈ ਗਏ। ਇਹਨਾਂ ਦਾ ਪਿਓ ਵੀ ਉੱਥੇ ਮਾਰਿਆ ਗਿਆ, ਇੱਕ ਈਸ਼ਰ ਸਿੰਘ ਜੀ ਉਹ ਵੀ ਉੱਥੇ ਮਾਰਿਆ ਗਿਆ, ਦੋ ਵੱਜ ਗਏ। ਸ਼ਦਾਰੇ ਆਣ ਕੇ ਜਨਾਨੀਆਂ ਉਹਨਾਂ ਨੇ ਵੱਖਰੀਆਂ ਕਰ ਦਿੱਤੀਆਂ, ਬੰਦੇ ਵੱਖਰੇ ਕਰ ਦਿੱਤੇ। ਜੋ ਸੋਟਾ ਕਿਸੇ ਕੋਲ ਸੀ ਉਹਨਾਂ ਕਿਹਾ ਥੱਲੇ ਸੁੱਟ ਲਵੋ। ਹੈ ਬੰਦੇ ਕਹਿਣ ਲੱਗੇ ਵੀ ਜਨਾਨੀਆਂ ਇਹਨਾਂ ਲੈ ਜਾਣੀਆਂ ਨੇ, ਬੰਦੇ ਮਾਰ ਦੇਣੇ ਆ। ਇਹਨਾਂ ਦੀ ਕਿਸਮਤ ਚੰਗੀ, ਕੋਈ ਅੰਗਰੇਜ਼ ਅਫਸਰ ਆਇਆ, ਉਹਨੇ ਮੁਸਲਮਾਨਾਂ ਨੂੰ ਮਾਰੇ ਦੋ ਦੋ ਡੰਡੇ, ਉਹ ਪੁਲਿਸ ਪੰਪ ਤੋਂ ਭੱਜ ਗਏ ਅਤੇ ਸਾਨੂੰ ਕਹਿਣ ਲੱਗੇ ਵੀ ਵੜ ਜਾਓ ਆਪਣੇ ਆਪਣੇ ਡੱਬੇ 'ਚ। ਪੁੱਛਣਗੇ ਤੇ ਦੱਸਾਂਗੇ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਚਲੋ ਬਜ਼ੁਰਗ, ਐਂ ਦੱਸੋ ਹੁਣ ਕਿੰਨੀ ਉਮਰ ਆ? ਹੁਣ ਤਾਂ ਮੇਰੇ ਕੋਲ 70-75 ਤੋਂ ਉੱਪਰ ਜ਼ਿਆਦਾ। ਅੱਛਾ, ਚਲੋ ਐਂ ਦੱਸੋ ਰੌਲਿਆਂ ਵੇਲੇ ਕਿੰਨੀ ਸੀ? ਉਹ ਰੌਲਿਆਂ ਵੇਲੇ ਤਾਂ ਅਸੀਂ 10-12 ਸਾਲ ਦੇ ਸੀ। ਠੀਕ ਹੈ, 82 ਸਾਲ ਆ ਜੀ। ਤੁਸੀਂ ਵੀ ਉੱਧਰੋਂ ਆਏ ਆ, ਸਿਆਲਕੋਟ 'ਚੋਂ? ਹਾਂਜੀ, ਤੁਸੀਂ ਵੀ ਸਿਆਲਕੋਟ 'ਚੋਂ ਆਏ ਆ? ਇਹ ਸਾਰੇ ਇੱਕੋ ਪਿੰਡ ਦੇ? ਸਿਆਲਕੋਟ 'ਚੋਂ, ਜ਼ਿਲ੍ਹਾ ਸਿਆਲਕੋਟ। ਆਹੋ, ਸਿਆਲਕੋਟ। ਠੀਕ ਆ ਜੀ, ਠੀਕ ਆ। ਤੁਸੀਂ ਜੱਦੀ ਬਸਤੀ ਉਸ ਪਿੰਡ ਦੇ ਰਹਿਣ ਵਾਲੇ ਸੀ ਜਾਂ ਇਧਰੋਂ ਗਏ ਸੀ ਕਿਤੇ? ਨਹੀਂ, ਉਧਰੋਂ ਆਇਆ ਇਧਰ। ਉੱਧਰ ਸਾਡੇ ਤਿੰਨਾਂ ਦੇ ਪਿੰਡ ਪਾਕਿਸਤਾਨ ਵਾਲੇ ਪੁਰਾਣੇ ਵੀ ਤੇ ਨਵੇਂ ਉੱਧਰ ਰਹਿ ਗਏ ਆ। ਪੁਰਾਣੇ ਨਵੇਂ ਕਿਹੜੇ ਸੀਗੇ? ਪੁਰਾਣੇ ਸਿਆਲਕੋਟ ਟਟਕੇ ਪਿੰਡ ਸੀ। ਟਟਕੇ? ਹਾਂ, ਉਸ ਤੋਂ ਬਾਅਦ ਟਟਕੇ ਨਹੀਂ, ਟਟਕੇ ਕਿਹੜੀ ਤਹਿਸੀਲ 'ਚ ਸੀਗਾ ਸਿਆਲਕੋਟ ਦੀ? ਇਹ ਨਾਰੋਵਾਲ ਦੀ, ਮੇਰੇ ਖਿਆਲ ਨਾਰੋਵਾਲ। ਇਹਨਾਂ ਕੋਲ ਸਾਨੂੰ ਤਹਿਸੀਲ ਦਾ ਨਹੀਂ ਪਤਾ। ਤਹਿਸੀਲ ਨਾਰੋਵਾਲ, ਹਾਂਜੀ, ਪਿੰਡ ਟਟਕੇ। ਹਾਂ, ਟਟਕੇ। ਫਿਰ ਗਿੱਲ ਸੋਭਾ ਸਿੰਘ ਦੇ ਰੱਖੇ ਦੁਬਾਰੇ। ਅੱਛਾ ਜੀ, ਗਿੱਲ ਸੋਭਾ ਸਿੰਘ ਦਾ ਦੁਬਾਰੇ ਰੱਖਿਆ ਮਾੜਾ ਨਾਂ ਕਰਕੇ। ਅੱਛਾ ਅੱਛਾ ਅੱਛਾ, ਗਿੱਲ ਸੋਭਾ ਸਿੰਘ, ਇਹਦਾ ਮਤਲਬ ਬਹੁਤੀ ਗੋਤ ਗਿੱਲ ਹੋ ਗਈ ਉੱਥੇ ਦੀ। ਹਾਂਜੀ, ਇਹ ਗਿੱਲਾਂ 'ਚੋਂ ਹੀ ਹੈ। ਇਹ ਸਾਰੇ ਤੁਸੀਂ ਗਿੱਲਾਂ 'ਚੋਂ? ਹਾਂ, ਗਿੱਲਾਂ 'ਚੋਂ। ਅਤੇ ਤੁਹਾਡੀ ਕੀ ਗੋਤ ਹੈ ਜੀ? ਬਸਦੇ ਸੀਗੇ ਉਸ ਪਿੰਡ ਦੇ ਵਿੱਚ? ਸਿਰਫ ਗਿੱਲ ਤੇ ਦਦਰਾ ਜਾਂ ਮੁਸਲਮਾਨ ਸਾਂ ਜਾਂ ਝੀਟ ਸਾਂ। ਅੱਛਾ, ਮੁਸਲਮਾਨ ਕਿੱਥੋਂ ਗਏ ਸੀ? ਉੱਥੇ ਹੀ ਪਾਕਿਸਤਾਨ 'ਚ। ਅੱਛਾ, ਜਿਵੇਂ ਆਹ ਪਿੰਡ 'ਚ ਹੋਰ ਕਈ ਰਹਿੰਦੇ ਆ, ਇਸ ਤਰ੍ਹਾਂ ਰਹਿੰਦੇ ਸੀ। ਹਾਂ, ਖੇਤੀਬਾੜੀ ਇਹੀ ਕਰਦੇ ਸੀ, ਦਦਰਾ ਤੇ ਗਿੱਲ। ਹਾਂ, ਮੁਸਲਮਾਨਾਂ ਦਾ ਕੀ ਕੰਮ ਕਾਰ ਸੀ? ਉਹ ਵੀ ਖੇਤੀਬਾੜੀ ਮਾੜੀ ਮੋਟੀ ਕਰਦੇ ਹਨ। ਉਹ ਵੀ ਜੱਟ ਸੀਗੇ? ਹਾਂ, ਜੱਟ ਬਰਾਦਰੀ ਦੇ ਸੀਗੇ। ਹਾਂ, ਉਹਨਾਂ ਦੀਆਂ ਕੀ ਗੋਤਾਂ ਸੀ ਪਤਾ ਕੁਛ? ਨਾ ਜੀ, ਉਹਨਾਂ ਦਾ। ਚਲੋ, ਤੇ ਬਜ਼ੁਰਗੋ ਨਾਮ ਚੇਤੇ ਆ ਉੱਥੇ ਬੰਦਿਆਂ ਦੇ, ਜਿਹੜੇ ਖਾਸ ਖਾਸ ਬੰਦੇ ਸੀ ਉਸ ਪਿੰਡ 'ਚ ਰਹਿੰਦੇ ਉੱਥੇ? ਹਾਂਜੀ, ਉੱਥੇ ਆਪਣਾ ਕਰਤਾਰ ਸਿੰਘ, ਖਜਾਨ ਸਿੰਘ, ਨਿਹਾਲ ਸਿੰਘ, ਅਮਰ ਸਿੰਘ, ਇਹ ਇੱਕੋ ਹੀ ਟਾਬਰੀ ਹੈ। ਅੱਛਾ ਜੀ, ਆਹੋ, ਜਿਹਦਾ ਮਰਜ਼ੀ ਆ ਨਾਂ ਪੁੱਛ। ਠੀਕ ਹੈ, ਤੇ ਮੁਸਲਮਾਨਾਂ ਦੇ ਨਾਮ? ਮੁਸਲਮਾਨਾਂ ਦੇ ਨਾਂ ਤਾਂ ਇਕੱਠੇ ਹੀ ਆਉਂਦੇ ਆ, ਫਿਰ ਵੀ ਦੋ ਚਾਰ ਆਹੋ ਉੱਦਾਂ ਹੋਣਗੇ ਕਈ। ਇੱਕ ਲੰਬੜ ਹਾਜੀ ਸੀ। ਹੈਂ? ਲੰਬੜ ਹਾਜੀ? ਹਾਜੀ, ਆਹੋ, ਲੰਬੜ ਹਾਜੀ। ਲੰਬੜ ਹਾਜੀ ਸੀ, ਇੱਕ ਸੁਲਤਾਨਾ ਸੀ, ਮਾਸਟਰ ਲੱਗਾ ਸੀ ਉਹਨਾਂ ਦਿਨਾਂ 'ਚ। ਅੱਛਾ ਜੀ, ਅਤੇ ਇੱਕ
अल्लाह दिता से जी फकीर फकीर सी हाँ ठीक और तो उदो सानू इन्ना नहीं पता तुहाडा बुजुर्ग की काम कार सी उत्थे साडा काम ते जे पट्टी दाने पौंदे सी अच्छा इको पट्टी सी पिंड च ये पिंड सीगा किथे कि जी शेखूपुरे दे किथे सीगा तहसील केड़ी सी सांगला सांगला हिल जिहनू कहिंदे आ पहाड़ी सांगले तो आ जांदे मड़ बलोच अच्छा जी मड़ बलोच तो स्टेशन रेल दा ही उत्तो उतर के फिर जाना पैंदा है साडे पिंड नंदे चक मैम ਠੀਕ ਤੇ ਗਿਰ ਠੀਕ ਠੀਕ ਖਾਂ ਦਾ ਪਿੰਡ ਸੀ ਸਕੂਲ ਗਏ ਸੀ ਆਹੋ ਕਿਹੜਾ ਸਕੂਲ ਸੀ ਹਾਂ ਕਹਿੰਦਾ ਪੜਿਆ ਹੁੰਦਾ ਉਸ ਕੋਲ ਗਏ ਸੀ ਨਹੀਂ ਪੜੇ ਨਹੀਂ ਪੜੇ ਨਹੀਂ ਉਹਦਾ ਸਕੂਲ ਸੀਗਾ ਕਿੱਥੇ ਸਕੂਲ ਨਾਲੇ ਪਿੰਡ ਦੇ ਹੀ ਤਰਾਲੇ ਦੇ ਕਿਹੜੇ ਪਿੰਡ ਤਰਾਲੇ ਦੇ 115 ਚੱਕ ਨਾਲ ਸਕੂਲ ਸੀ ਅੱਛਾ ਤੁਸੀਂ ਨਹੀਂ ਗਏ ਹਾਂ ਤੂੰ ਤੁਹਾਡੀ ਉਮਰ ਕਿੰਨੀ ਸੀ ਜਦੋਂ ਰੌਲੇ ਪਏ ਮੇਰੀ ਉਮਰ ਉੱਥੇ ਕੋਈ ਹੋਣੀ ਹੈ 10-12 ਸਾਲਾਂ ਦੀ ਤੇ ਜਿਹੜੇ ਉੱਥੇ ਆਸੇ ਪਾਸੇ ਸੀਗੇ ਲੋਕ ਜਾਂ ਤੁਹਾਡੇ ਪਿੰਡ ਦੇ ਮੁਸਲਮਾਨ ਸੀ ਉਹਨਾਂ ਨਾਲ ਤੁਹਾਡਾ ਮੇਲ ਜੋਲ ਠੀਕ ਸੀਗਾ ਉਹ ਨਾ ਦਾ ਹਾਨੇ ਕੀ ਪਤਾ ਹਾਂਜੀ ਉਦੋਂ ਨਿਆਣੇ ਮੇਲ ਜੋਲ ਰਹਿ ਨਹੀਂ ਸੀ ਜਿਵੇਂ ਇੱਥੇ ਦੇ ਸਕੂਲਾਂ 'ਚ ਨਿਆਣੇ ਖੇਡਦੇ ਆ ਅੱਛਾ ਜੀ ਇਹ ਗੱਲਬਾਤ ਹੈ ਕਿ ਜੇ ਕਿਸੇ ਦਾ ਨਾਂ ਦਾ ਪਤਾ ਕਿਸੇ ਦਾ ਨਹੀਂ ਪਤਾ ਨਹੀਂ ਪਤਾ ਕਿ ਪਿੰਡ ਦੂਰ ਦੂਰ ਸਨ ਸਾਡੇ ਪਿੰਡ ਦੇ ਇੱਕ ਮੁਸਲਮਾਨ ਸਨ ਅੱਧੇ ਸਿੱਖ ਸਨ ਜੀ ਜੀ ਹਾਂ ਤੇ ਜੁਰਗੋ ਜਦੋਂ ਰੌਲੇ ਪਏ ਹਾਂ ਹੁਣ ਉਦੋਂ ਦੀ ਗੱਲ ਦੱਸਣੀ ਆ ਹਾਂ ਰੌਲੇ ਪਏ ਤਾਂ ਫਿਰ ਕੀ ਬਣਿਆ ਹਾਂ ਕੀ ਬਣਿਆ ਕਿੱਦਾਂ ਤੁਰੇ ਹਾਂ ਰੌਲੇ ਨਹੀਂ ਕਿੱਦਾਂ ਆਏ ਕਿ ਪੁੱਛਦੇ ਆ ਆਏ ਰੌਲੇ ਨਾਲੇ ਪੈ ਗਏ ਹੋਰ ਕੀ ਖਰਾਬ ਹੋਏ ਬਹੁਤ ਹਾਂਜੀ ਚਲੋ ਜਦੋਂ ਅਸੀਂ ਆਪਣੇ ਪਾਕਿਸਤਾਨ ਪਿੰਡ ਦੇ ਵਿੱਚ ਰਹਿੰਦੇ ਸੀ ਨਾ ਜੀ ਜੀ ਤੇ ਰੌਲਾ ਪੈ ਗਿਆ ਮਾੜਾ ਮੋਟਾ ਹਾਂਜੀ ਤੇ ਸਿੱਖਾਂ ਦਾ ਸਾਰਾ ਮਤਲਬ ਇੱਕੋ ਹੀ ਹੇਟ ਹੈ ਬਈ ਆਪਾਂ ਇੱਥੋਂ ਜਾਣਾ ਠੀਕ ਇੱਥੋਂ ਨਿਕਲਦਾ ਆਰਡਰ ਹੋ ਗਿਆ ਆਰਡਰ ਤਾਂ ਨਹੀਂ ਜਾਣੀ ਇੱਥੋਂ ਜਾਣਾ 4 ਦਿਨ ਰੌਲਾ ਕੋਲ ਮੁੱਕ ਜਾਏਗਾ ਤੇ ਆ ਜਾਵਾਂਗੇ ਮੁੜ ਆਵਾਂਗੇ ਹਾਂ ਕਿਸੇ ਨੇ ਸਮਾਨ ਨਹੀਂ ਚੁੱਕਿਆ ਕਿਸੇ ਨੇ ਕੁਛ ਨਹੀਂ ਲਿਆ ਵਾਹ ਬੁੱਕੜਾਂ ਮਾਰੀਆਂ ਘਰੋਂ ਤੁਰ ਪਏ ਹਾਂ ਰਾਤ ਨੂੰ 12 ਵਜੇ ਤੁਹਾਨੂੰ ਮੈਨੂੰ ਲਵੇ ਜਾਣਾ ਚੁੱਪ ਕਰਕੇ ਕੋਈ ਕੁੱਤਾ ਨਹੀਂ ਪੌਂਕਿਆ ਕੋਈ ਨਿਆਣੇ ਰੋਇਆ ਕੁਛ ਨਹੀਂ ਹੋਇਆ ਚੁੱਪ ਕਰਕੇ ਘਰਾਂ ਤੋਂ ਆ ਗਿਆ ਹੌਲੀ ਹੌਲੀ ਗਾਂ 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 ਹੀ ਤੁਰੇ ਆ ਪਿਆਂ ਤੋਂ ਜਾਣ ਦਾ ਨਾਂ ਹੀ ਨਹੀਂ ਲਿਆ ਅੱਛਾ ਉੱਤੋਂ ਫਿਰ ਆ ਗਏ ਸੱਚੇ ਸੌਦੇ ਜੀ ਸੱਚੇ ਸੌਦੇ ਅਸੀਂ ਇੱਕ ਦਿਹਾੜੀ ਰਹੇ ਹਾਂ ਉੱਥੇ ਮੁਸਲਮਾਨ ਆਉਂਦੇ ਹਨ ਜਦੋਂ ਰੇਲ ਆਉਂਦੀ ਹੈ ਨਾ ਉਹ ਗੋਲੀਆਂ ਮਾਰਦੇ ਹਨ ਮਾਰ ਦਿੰਦੇ ਹਨ ਜੀ ਸਾਡੇ ਫਿਰ ਜਿਹੜੇ ਜੱਟ ਸਨ ਇਹ ਕਹਿਣ ਲੱਗੇ ਵੀ ਆਪਾਂ ਲਾਈਨ ਤੋਂ ਪਿਛਾਂ ਹੋ ਕੇ ਬਹਿਣਾ ਠੀਕ ਜਦੋਂ ਗੱਡੀ ਆਏਗੀ ਫਿਰ ਦੇਖਾਂਗੇ ਫਿਰ ਪਿਛਾਂ ਹੋ ਕੇ ਬਹਿ ਗਏ ਫਿਰ ਗੱਡੀ ਆਏ ਬੰਦੇ ਜਿਹੜੇ ਸਿਆਣੇ ਪਤਾ ਕਰਦੇ ਰਹਿੰਦੇ ਹਨ ਲੈ ਵੀ ਗੱਡੀ ਇਸ ਵੇਲੇ ਆਉਣੀ ਹੈ ਤੁਸੀਂ ਆਪਣੀਆਂ ਜੋ ਕੁਛ ਮਾੜਾ ਮੋਟਾ ਤੁਹਾਡੇ ਕੋਲ ਹੈ ਤਿਆਰ ਰੱਖੋ ਗੱਡੀ ਚੜ੍ਹਨਾ ਉੱਥੋਂ ਗੱਡੀ 'ਤੇ ਚੜ੍ਹ ਕੇ ਅਤੇ ਆ ਗਏ ਅੰਮ੍ਰਿਤਸਰ ਅੱਛਾ ਜੀ ਇੱਕ ਦਿਹਾੜੀ 2 ਦਿਹਾੜੀਆਂ ਸਾਡੀ ਗੱਡੀ ਰਾਹ ਹੀ ਡੱਕੀ ਰੱਖੀ ਹੈ ਉਹਨਾਂ ਨੇ ਕਿੱਥੇ ਅੰਮ੍ਰਿਤਸਰੋਂ ਛਦਾਰਾ ਆਪਣਾ ਛਦਾਰਾ ਲਾਹੌਰ ਛਦਾਰਾ ਮੀ ਬਾਗ 3 ਸਟੇਸ਼ਨ ਸਨ ਅੱਛਾ ਜੀ ਲਾਹੌਰ ਅੰਮ੍ਰਿਤਸਰ 2 ਦਿਹਾੜੀਆਂ ਰਾਹ ਚ ਸਾਡੀਆਂ ਗੱਡੀਆਂ ਡੱਕੇ ਰੱਖੀਆਂ ਨੇ ਛਦਾਰੇ ਆਣ ਕੇ ਜਨਾਨੀਆਂ ਉਹਨਾਂ ਨੇ ਵੱਖਰੀਆਂ ਕਰ ਦਿੱਤੀਆਂ ਬੰਦੇ ਵੱਖਰੇ ਕਰ ਦਿੱਤੇ ਜੋ ਸੋਟਾ ਕਿਸੇ ਕੋਲ ਸੀ ਉਹਨਾਂ ਕਿਹਾ ਥੱਲੇ ਸੁੱਟ ਲਵੋ ਹੈ ਬੰਦੇ ਕਹਿਣ ਲੱਗੇ ਵੀ ਜਨਾਨੀਆਂ ਇਹਨਾਂ ਲੈ ਜਾਣੀਆਂ ਨੇ ਬੰਦੇ ਮਾਰ ਦੇਣੇ ਆ ਠੀਕ ਇਹਨਾਂ ਦੀ ਕਿਸਮਤ ਚੰਗੀ ਕੋਈ ਅੰਗਰੇਜ਼ ਅਫਸਰ ਆਇਆ ਉਹਨੇ ਮੁਸਲਮਾਨਾਂ ਨੂੰ ਮਾਰੇ 2-2 ਡੰਡੇ ਉਹ ਪਲੇਟਫਾਰਮ ਤੋਂ ਭੱਜ ਕੇ ਅਤੇ ਸਾਨੂੰ ਕਹਿਣ ਲੱਗੇ ਵੀ ਵੜ ਜਾਓ ਆਪਣੇ ਆਪਣੇ ਡੱਬੇ 'ਚ ਅਸੀਂ ਆਪਣੇ ਆਪਣੇ ਡੱਬੇ 'ਚ ਵੜ ਗਏ ਉੱਥੋਂ ਫਿਰ ਗੱਡੀ ਚੱਲ ਕੇ ਆ ਗਈ ਅੰਮ੍ਰਿਤਸਰ
अमृतसर इन्ना गंद सी ना जिहदा कोई हिसाब नहीं। साढ़े पिंड जिहड़े हुण जिमींदार दूर तीर कह लगे भी इत्थे साडा रहना बड़ा औखा, इत्थों निकलीए। उतो ही तुर के ते आ गए बटाले। बटाले दे कोल शुकरपुरा पिंड है जी, ओह शुकरपुरे असीं रहे आ महीना, उत्थे महीना रहे, महीना रहे आ। कपड़ा लीड़ा है नहीं सी, ओह बोरी माइक एक भरिया सी अंदर सीमेंट दे बोरियां दा, सीमेंट लुदना बोरा चाड़ना थले विछा लैना। उतों फिर अलॉसमेंट आउंदियां हां फलाने जिले दे, फलाने जिले जाने आ जी जी। उतों फिर साढ़े पांच सात जिहड़े मुखिया बंदे सन जिमीदार उतों आए ऐह पिंड। ਇਹ ਕਿਹੜਾ ਪਿੰਡ? ਬਗਾਣਾ। ਬਗਾਣਾ ਇਹ ਉਹ ਫਗਵਾੜੇ 'ਚ ਪੈਂਦਾ, ਫਗਵਾੜੇ 'ਚ ਮਤਲਬ ਕਪੂਰਥਲਾ ਜ਼ਿਲ੍ਹਾ। ਠੀਕ ਕਹਿ ਵੀ ਤੁਸਾਂ ਬਈ ਉਹ ਫਲਾਣੇ ਪਿੰਡ ਜਾਣਾ ਜੀ ਜੀ। ਅਸੀਂ ਫਿਰ ਬਟਾਲਿਓ ਮਹੀਨਾ ਰਹਿ ਕੇ ਤੁਰ ਪਏ ਹੌਲੀ ਹੌਲੀ ਪੈਦਲ ਹੀ। ਤੇ ਬਗਾਣਾ ਪਿੰਡ ਕਿੱਦਾਂ ਲੱਭ ਲਿਆ? ਵੈਸੇ ਬਾਈ ਚਾਂਸ ਸੀ ਨਹੀਂ, ਨਿਸ਼ਾਨਾ ਸੀ ਜਾਂ ਪੁੱਛਦੇ ਕਿਛ ਦੇ ਤੁਰੇ ਆਏ। ਅੱਛਾ, ਉੱਥੋਂ ਅਸੀਂ ਜਿਉਂ ਤੁਰੇ ਹਾਂ ਰਾਹ 'ਚ ਕੋਈ ਕੱਟਾ ਲੱਭਾ, ਵਰਛਾ ਲੱਭਾ, ਨੱਠ ਪਾਈ ਉੱਤੇ ਨਿਆਣਾ ਕੋਈ ਸਿਆਣਾ ਜਾਂ ਕੱਪੜਾ ਜਿਹੜਾ ਕਿਸੇ ਕੋਲ ਮਾੜਾ ਮੋਟਾ ਹੈਗਾ ਸੀ ਉੱਤੇ ਲੱਦਣਾ ਆ ਗਏ ਹੌਲੀ ਹੌਲੀ। ਰਾਤ ਅਸੀਂ ਰਹੇ ਕਾਲਰੇ, ਕਾਲਰੇ ਰਹਿ ਗਏ ਤੇ ਉਹ ਜਿਹੜੇ ਕਾਲਰੇ ਵਾਲੇ ਹਨ ਨਾ ਉਹ ਕਹਿਣ ਲੱਗੇ ਸਾਨੂੰ ਕਹਿੰਦੇ ਵੀ ਪਿੰਡ 'ਚ ਨਹੀਂ ਵੜਨਾ ਜੇਲੇ ਕਾਲਰੀ ਹੋਣੀ, ਤੁਸੀਂ ਇੱਥੇ ਬਾਹਰ ਬਹੁਤ ਤੁਹਾਨੂੰ ਰੋਟੀ ਪਾਣੀ ਸਭ ਕੁਛ ਮਿਲੇਗਾ। ਅੱਛਾ ਜੀ। ਉੱਥੇ ਚੋਰ ਦੇ ਉੱਤੇ ਅਸੀਂ ਰਾਤ ਰਹੇ ਹਾਂ ਹੱਡੋ ਰੋਡੀ 'ਚ ਹੈ ਜੀ। ਰਾਤ ਸੀ ਕੀ ਪਤਾ ਲੱਗਦਾ ਅੱਕੇ ਥੱਕੇ ਸੌ ਗਏ, ਉਹਨਾਂ ਰੋਟੀ ਪਾਣੀ ਸਾਨੂੰ ਮਤਲਬ ਉੱਥੇ ਪਹੁੰਚਾਇਆ ਖਾ ਪੀ ਕੇ। ਸਵੇਰੇ ਉਹਨਾਂ ਨੂੰ ਪੁੱਛਿਆ ਬਗਾਣਾ ਤਾਂ ਨਾਂ ਨਹੀਂ ਉਹਦਾ, ਬਗਾਣਾ ਕਿੱਥੇ ਕੋਈ ਹੈ ਬਗਾਣਾ? ਠੀਕ ਹੈ ਬਈ, ਉਹ ਤਾਂ ਆਹ ਨੇੜੇ ਆ, ਤੁਸੀਂ ਹੁਣ ਆ ਗਏ ਆ, ਉਹ ਤੁਸੀਂ ਚੱਲ ਕੇ ਆ ਗਏ ਮੇਟੀ ਆਉਣੇ ਆਹ ਮੇਟੀ ਆਉਣਾ ਨਹਿਰ ਤੇ। ਇੱਥੇ ਆਣ ਕੇ ਪੁੱਛਿਆ ਵੀ ਕਿੱਥੇ ਕਰਕੇ ਬਗਾਨਾ, ਉਹ ਕਹਿਣ ਲੱਗੇ ਤੁਸੀਂ ਤਾਂ ਹੁਣ ਉੱਥੇ ਤੁਰੇ ਹੀ ਫਿਰਦੇ ਆ, ਆਹ ਨਾਲ ਹੀ ਹੈ। ਉਹ ਤੁਸੀਂ ਚੱਲ ਕੇ ਫਿਰ ਸਿੱਧੇ ਇੱਥੇ ਆ ਗਿਆ। ਇੱਥੇ ਆਉਣ ਕੇ ਮਕਾਨ ਕੌਣ ਇੱਥੇ ਤਕੜੇ ਮਕਾਨ ਸੀਗੇ ਮੁਸਲਮਾਨਾਂ ਦੇ? ਮਕਾਨ ਇੱਦਾਂ ਮਾੜੇ ਮੋਟੇ ਕੱਚੇ ਹੀ ਸਨ, ਕੁਛ ਹੈਗੇ ਤਕੜੇ ਜਿਹੜੇ ਮੁਸਲਮਾਨ ਸੀ ਉਹਨਾਂ ਦੇ ਹੈਗੇ ਸੀ ਮਕਾਨ, ਤਕੜੇ ਮਕਾਨ ਵੀ ਹੈਗੇ ਸੀ ਵਿੱਚ, ਢਹਿ ਢਵਾਈਏ ਛੇਤੀ ਹੋ ਗਏ, ਕੰਧਾਂ ਕੱਚੀਆਂ ਹੀ ਹਨ ਹੁਣ ਇਸ ਛੋਟੀ ਇੱਟ ਦੀਆਂ। ਇਸ ਵੇਲੇ ਕੋਈ ਪੁਰਾਣਾ ਮਕਾਨ ਨਹੀਂ ਬਚਦਾ? ਲੁੱਟ ਮਾਰ ਪੂਰੀ ਕੀਤੀ ਹੋਣੀ ਆ, ਵਿਹਲਾ ਸੀ ਘਰ ਲੁੱਟ ਕੇ ਲੈ ਗਏ ਸੀ ਕੰਬਰ ਵਿਹਲਾ ਸੀ। ਲਾਸ਼ਾਂ ਲੁਸ਼ਾਂ ਵੀ ਤੁਸੀਂ ਰਸਤੇ ਚ ਦੇਖੀਆਂ ਫਿਰ ਹੈ? ਪਿੰਡੋ ਨਿਕਲ ਕੇ ਰਾਣੇ ਤੁਰ ਜਾਈਏ, ਇਸ ਕਰਕੇ ਇੱਕ ਪਿੰਡ ਸੀ ਉੱਥੇ ਉਹ ਸਾਰਾ ਮਤਲਬ ਜੱਟਾਂ ਦਾ ਸਿੱਖਾਂ ਦਾ ਸੀ, ਉਹ ਕਹਿ ਲੱਗੇ ਅਸੀਂ ਨਿਕਲਣਾ ਨਹੀਂ। ਅਸਲ ਉਹਨਾਂ ਕੋਲ ਸੀ, ਉਹ ਮੁਸਲਮਾਨਾਂ ਨੂੰ ਮਾਰਦੇ ਰਹੇ, ਇਹ ਮੁਸਲਮਾਨ ਇਹਨਾਂ ਨੂੰ ਮਾਰਦੇ ਰਹੇ, ਅਖੀਰ ਆਰਡਰ ਸੀ ਨਿਕਲਣਾ ਪਿਆ ਉੱਥੋਂ। ਜਿੱਦਾਂ ਤੁਸੀਂ ਦੱਸਦੇ ਤੁਹਾਡੇ ਚਾਚਾ ਜੀ ਕਿੱਥੇ? ਸਾਡਾ ਪਰੇਰੀ ਚਾਚਾ ਜੀ ਬਾਹਰ ਨਿਕਲਣ ਲੱਗੇ, ਪੌੜੀਆਂ ਟੱਪਣ ਲੱਗੇ, ਦੌੜਦੇ ਟੱਪ ਟੱਪ ਕੇ ਕੰਧਾਂ ਦੇ ਨੱਠਦੇ ਪਿੰਡ ਜੀ ਭਲੇਰ ਸੀ ਉੱਥੇ, ਉੱਥੇ ਗੋਲੀ ਭਲੇਰ ਪਿੰਡ ਕਿੱਥੇ ਕਿਸੇ ਜੀ ਇਹਨਾਂ ਨੂੰ ਪਤਾ? ਉਹ ਜੀ ਏਦਾਂ ਸੀ ਜਿਵੇਂ ਹੁਣ ਅਸੀਂ ਬਗਾਣਿਓ ਨਿਕਲ ਕੇ ਫਗਵਾੜੇ ਜਾਣਾ ਜੀ ਜੀ, ਸਾਡੇ ਉੱਥੇ ਚਾਰ ਬੰਦੇ ਕਹਿਣ ਲੱਗੇ ਵੀ ਉੱਥੇ ਆਹ ਕੰਮ ਹੈ ਚਲੋ ਵੇਖਣ ਚਲੀਏ। ਅੱਛਾ ਜੀ। ਉਹ ਵੇਖਣ ਗਏ ਉੱਥੇ ਫਸ ਗਏ, ਜਦ ਫਸ ਗਏ ਉਹ ਮੁਸਲਮਾਨਾਂ ਕੋਲੋਂ ਤਾਂ ਨਹੀਂ ਮਰਦੇ ਪਰ ਮਿਲਟਰੀ ਬਲੋਚੀ ਪਈ ਜਿਹਨਾਂ ਨੇ ਫਿਰ ਗੋਲੀ ਚਲਾਈ ਤੇ ਕੰਧਾਂ ਤੋਂ ਟੱਪਾ ਆਪਣੀ ਜਾਨ ਬਚਾਉਣ ਮਾਰਿਆ ਭੱਜੇ। ਜ਼ਮੀਨ ਕਿਦਾਂ ਦੀ? ਇਹ ਜ਼ਮੀਨ ਵਧੀਆ ਕਿ ਉਹ ਜ਼ਮੀਨ ਵਧੀਆ ਸੀ?
ਜ਼ਮੀਨ ਤੇ ਚੰਗੀ ਆ ਗਈ ਉਹਨਾਂ ਨਾਲ ਉੱਥੇ ਨਾਲ ਚੰਗੀ ਆ ਉੱਥੇ ਸਾਡਾ ਬੰਦਾ ਗਿਆ ਸੀ ਇੱਕ ਸਾਡਾ ਭਾਈ ਬਾਅਦ ਚ ਹਰਵੰਤ ਸਿੰਘ ਬਾਅਦ ਚ ਹੁਣ ਉੱਥੇ ਕੈਨੇਡਾ ਗਿਆ ਸੀ ਕੈਨੇਡਾ ਉੱਥੇ ਪਾਕਿਸਤਾਨ ਗਿਆ ਆਪਣੇ ਪਿੰਡ ਹਾਂ ਆਪਣੇ ਪਿੰਡ ਆਉਂਦੇ ਕਿ ਉੱਥੇ ਤੇ ਬਹੁਤ ਸੇਮ ਪੈ ਗਈ ਹੈ ਅੱਛਾ ਸਾਡੇ ਟਾਈਮ ਚ ਦੱਸਦੇ ਨੇ ਕਿ ਪਰ ਸਾਡੀ ਆਹ ਧਰਤੀ ਜਿਹੜੀ ਹੈਗੀ ਇੱਥੇ ਵੀ ਸੇਮ ਸੀ ਠੀਕ ਪਰ ਇਹ ਹੁਣ ਆ ਕੇ ਬਹੁਤ ਆਮ ਪਿੰਡਾਂ ਨਾਲੋਂ ਜਾਇਦਾਦ ਬਹੁਤ ਵਾਧੂ ਸੀ ਵਾਧੂ ਆ ਜੀ ਹਾਂਜੀ ਕਿੰਨਾ ਰਕਬਾ ਇਸ ਪਿੰਡ ਦਾ ਰਕਬਾ ਤੇ ਅਸੀਂ ਖਿਆਲ ਨਹੀਂ ਕੀਤਾ ਕਦੀ ਗਿਣਤੀ ਹਾਂਜੀ ਫਿਰ ਕੋਈ ਪਿੰਡ ਯਾਦ ਆਉਂਦਾ ਉਹ ਪੁਰਾਣਾ ਹੈ ਪੁਰਾਣਾ ਪਿੰਡ ਤੇ ਹੁਣ ਸਾਨੂੰ ਲੈ ਚਲੇ ਤੇ ਅਸੀਂ ਦੱਸਾਂਗੇ ਵੀ ਆਹ ਪਿੰਡ ਸੀ ਆਹ ਗਲੀ ਸੀ ਆਹ ਬਾਜ਼ਾਰ ਸੀ ਇਹਨਾਂ ਸਾਨੂੰ ਸੁਰਤਾ ਹੈਗੀ ਹੈ ਇੱਥੋਂ ਤੁਰੂੰਗੇ ਤੁਸੀਂ ਜਲੰਧਰ ਜਾਓਗੇ ਫਿਰ ਲਾਹੌਰ ਜਾਓਗੇ ਇੱਥੋਂ ਅੰਮ੍ਰਿਤਸਰ ਫਿਰ ਅੰਮ੍ਰਿਤਸਰੋਂ ਅਟਾਰੀ ਅੱਛਾ ਅਟਾਰੀਓਂ ਲਾਹੌਰ ਅੱਛਾ ਲਾਹੌਰੋਂ ਫਿਰ ਜਿਹੜਾ ਕੋਈ ਸਟੇਸ਼ਨ ਲੱਗਦਾ ਠੀਕ ਉੱਥੇ ਜਾ ਕੇ ਤੇ ਫਿਰ ਦੇਖਾਂਗੇ ਸਾਡੇ ਪਿੰਡ ਇਸ ਪਾਸੇ ਸਕੂਲ ਸੀ ਜਿਵੇਂ ਆਹ ਪਿੰਡ ਸਕੂਲ ਇਸ ਲਹਿੰਦੇ ਪਾਸੇ ਸਕੂਲ ਸੀ ਹੈ ਕਮਰੇ ਸਾਨੂੰ ਆਲੇ ਦੁਆਲੇ ਕੋਈ ਨਹੀਂ ਹੈ ਮੈਂ ਪੱਧਰੇ ਹੀ ਥਾਂ ਸੀ ਜਦੋਂ ਤੁਰੇ ਆ ਤੁਹਾਨੂੰ ਆਪ ਤੋਰਿਆ ਉਹਨਾਂ ਨੇ ਉਹਨਾਂ ਨੇ ਸਾਨੂੰ ਕਿ ਤੋਰਨਾ ਹੀ ਸਾਡੀ ਜਾਣੀ ਪਿੰਡ ਵਾਲਿਆਂ ਦੀ ਸਲਾਹ ਬਣ ਗਈ ਵੀ ਇੱਥੋਂ ਨਿਕਲਣਾ ਉਹ ਦੁਸ਼ਮਣ ਬਣ ਗਏ ਹੁਣ ਡਰ ਤੇ ਨਿਕਲਣਾ ਪਿਆ ਹੋਰ ਕੀ ਨਹੀਂ ਤੇ ਕੌਣ ਨਿਕਲਦਾ ਪਿੰਡ ਛੱਡ ਕੇ ਉੱਥੇ ਮਾਰਿਆ ਕਿਹਨਾਂ ਦਾ ਜੀ ਇਹ ਵੀ ਦੱਸੋ ਜੀ ਤੁਹਾਡੇ ਡੈਡੀ ਦੀ ਡੈਥ ਹੋ ਗਈ ਉੱਥੇ ਆਹੋ ਉਹ ਸੁਣਾਓ ਗੱਲ ਕਿੱਦਾਂ ਹੋਈ ਆਏ ਨਹੀਂ ਸਨ ਕੀ ਕਹਿੰਦੇ ਉਹ ਆਖਣ ਗਏ ਅਸੀਂ ਕਿੱਥੇ ਜਾਣਾ ਸਾਨੂੰ ਨਹੀਂ ਲੋੜ ਜਾਣ ਦੀ ਬਾਕੀ ਚਾਰ ਬੰਦੇ ਰਹਿ ਗਏ ਬਾਕੀ ਸਾਰੇ ਨਿਕਲ ਆਏ ਅੱਛਾ ਕੀ ਨਾਂ ਸੀ ਉਹਨਾਂ ਦਾ ਜੀ ਉਹ ਇੱਕ ਸੀ ਨਾ ਜੈ ਸਿੰਘ ਤੁਹਾਡੇ ਡੈਡੀ ਦਾ ਨਾਮ ਹਾਂ ਨੱਥਾ ਸਿੰਘ ਨੱਥਾ ਸਿੰਘ ਇੱਕ ਉਹਨਾਂ ਦਾ ਭਰਾ ਜੈ ਸਿੰਘ ਨਾ ਉਹ ਬਹੁਤ ਬੁਲਾ ਰਹੀ ਸੀ ਚਾਰ ਕੁ ਬੰਦੇ ਰਹਿ ਗਏ ਉੱਥੇ ਹਾਂ ਇੱਕ ਜੈ ਸਿੰਘ ਸੀ ਤੇ ਇੱਕ ਮੂਲੇ ਸ਼ਾਹ ਉਹ ਵੀ ਜੱਟਾ ਜੋ ਸੀ ਮੂਲੇ ਸ਼ਾਹ ਇੱਥੇ ਆ ਗਿਆ ਕਿ ਮੂਲੇ ਸ਼ਾਹ ਕਿੱਥੇ ਸੀ ਨਹੀਂ ਆਹੋ ਆਇਆ ਤੇ ਬਾਅਦ ਆ ਗਏ ਨਾ ਹਾਂਜੀ ਹਾਂਜੀ ਇਹਨਾਂ ਦਾ ਪਿਓ ਜੈ ਸਿੰਘ ਧਰਮ ਸਿੰਘ ਨੱਥਾ ਸਿੰਘ ਜੈ ਸਿੰਘ ਸ਼ਾਹ ਈਸ਼ਰ ਸਿੰਘ ਅੱਛਾ ਜੀ ਇਹ ਚਾਰ ਜਣੇ ਬੁੱਢੇ ਹਨ ਵੀ ਰਹਿ ਗਏ ਵੀ ਕੱਲ ਨੂੰ ਮੋੜ ਆਉਣਾ ਉਹ ਅੱਛਾ ਜਿਹੜਾ ਜੈ ਸਿੰਘ ਨੇ ਇਹਨੇ ਰੌਲਿਆ ਗੌਲਿਆਂ ਦੇ ਵਿੱਚ 81 ਰੁਪਇਆਂ ਦੀ ਝੋਟੀ ਵੇਚ ਦਿੱਤੀ ਅੱਛਾ ਜੀ ਝੋਟੀ ਵੇਚੀ ਤੇ ਪੈਸੇ ਤੇ ਕੋਲ ਹੀ ਰੱਖਣੇ ਆ ਠੀਕ ਉਹ ਮੁਸਲਮਾਨ ਕਹਿਣ ਲੱਗੇ ਵੀ ਚਲੋ ਤੁਹਾਨੂੰ ਕੈਂਪ 'ਚ ਛੱਡ ਆਉਂਦੇ ਹਾਂ ਅੱਛਾ ਉਹ ਕੈਂਪ 'ਚ ਲੈ ਕੇ ਤੁਰ ਪਏ ਜਿਵੇਂ ਆ ਰਾਹ ਚੋਈਏ ਉਹ ਆਵੇ ਕੋਈ ਆਵੇ ਉੱਥੇ ਆਣ ਕੇ ਜੀ ਉਹਨਾਂ ਦੇ ਗਲ ਪੈ ਗਏ ਅੱਛਾ ਇਹਨਾਂ ਦਾ ਪਿਓ ਵੀ ਉੱਥੇ ਮਾਰਿਆ ਗਿਆ ਇੱਕ ਈਸ਼ਰ ਸਿੰਘ ਜੀ ਉਹ ਵੀ ਉੱਥੇ ਮਾਰਿਆ ਗਿਆ ਦੋ ਵੱਜ ਗਏ ਇੱਕ ਜੈ ਸਿੰਘ ਇੱਕ ਸ਼ਾਹ ਦੀ ਨਜ਼ਰ ਕਮਜ਼ੋਰ ਸੀ ਅਤੇ ਜੈ ਸਿੰਘ ਉੱਦਾਂ ਮਾੜਾ ਮੋਟਾ ਤੁਰਦਾ ਸੀ ਉਹਨੇ ਫਿਰ ਜੈ ਸਿੰਘ ਨੇ ਸ਼ਾਹ ਨੂੰ ਕਿਹਾ ਵੀ ਤੂੰ ਇਹਨੂੰ ਅੱਖੀ ਨਹੀਂ ਦੇਖਦਾ ਅਤੇ ਮੈਨੂੰ ਦੇਖਦਾ ਮੈਂ ਤੇਰੀ ਬਾਂਹ ਫੜ ਲੈਂਦਾ ਆ ਮੈਨੂੰ ਲਈ ਚੱਲ ਉਹ ਫਿਰ ਉਹਨੇ ਉਹਦੇ ਮੋਢੇ ਤੇ ਹੱਥ ਰੱਖ ਲਿਆ ਉਹ ਹੁੱਕਾ ਪੀਂਦਾ ਸੀ ਮੁਸਲਮਾਨਾਂ ਕੋਲ ਹੁੱਕਾ ਲਿਆ ਯਾਰ ਉਹਦੇ ਹੈਗੇ ਸਨ ਉੱਥੇ ਕਾਲੇ ਕੱਪੜੇ ਪਾ ਲਏ ਹੁੱਕਾ ਰੱਖ ਲਿਆ ਉਹਨੇ ਮੋਢੇ ਤੇ ਹੱਥ ਰੱਖ ਉਹ ਮਰਿਆ ਤੇ ਇੱਥੇ ਹੀ ਮੈਂ ਉਹ ਗੱਲ ਸੁਣਾਉਂਦਾ ਨੀ ਗੱਲ ਸੁਣਾਉਂਦੀ ਉੱਥੋਂ ਕਿੱਦਾਂ ਬਚ ਕੇ ਆਇਆ ਸ਼ਾਹ ਨਿਕਲਿਆ ਉਹੀ ਗੱਲ ਸੁਣਾਉਂਦੀ ਅੱਛਾ ਫਿਰ ਹੁੱਕਾ ਪੀਣ ਲੱਗ ਪਿਆ ਉੱਥੋਂ ਫਿਰ ਉਹਨੇ ਮੋਢੇ ਤੇ ਹੱਥ ਰੱਖ ਕੇ ਤੇ ਲਈ ਆਇਆ ਉਹ ਫਿਰ ਕੈਂਪ ਚ ਆ ਗਏ ਜਿੱਥੇ ਅਸੀਂ ਹਾਂ ਅੱਛਾ ਉੱਥੇ ਪਹੁੰਚ ਗਏ ਉਹਨਾਂ ਨੇ ਆ ਕੇ ਖਬਰ ਦਿੱਤੀ ਕਿ ਉਹਨਾਂ ਨੇ ਆਣ ਕੇ ਦੱਸਿਆ ਵੀ ਆਹ ਗੱਲ ਹੋ ਗਈ ਹੈ ਫਿਰ ਸਾਡੇ ਜਿਹੜੇ ਜੱਟ ਸਨ ਜਿਹਨਾਂ ਦੇ ਪਿਓ ਚਾਚੇ ਸਨ ਉਹ ਕਹਿਣ ਲੱਗੇ ਵੀ ਚੱਲੀਏ ਉੱਥੇ ਫਿਰ ਕਈਆਂ ਨੇ ਕਿਹਾ ਉੱਥੇ ਜਾਣਾ ਸਾਡਾ ਫਜ਼ੂਲ ਹੈ ਵੀ ਉੱਥੇ ਨਹੀਂ ਜਾਣਾ ਮਾਰੇ ਜਾਵਾਂਗੇ ਹਾਂ ਮਾਰੇ ਜਾਵਾਂਗੇ ਉੱਥੋਂ ਫਿਰ ਗਾਂ ਦੀ ਗਾਂ ਗਾਂ ਦੀ ਗਾਂ ਗਾਂ ਇੱਥੇ ਆ ਗਏ ਜਾਂ ਹੋਰ ਕੋਈ ਹੋਈ ਹੈ ਨਾ ਸਾਨੂੰ ਮਾਰ ਮਰੀ ਇਹਦਾ ਸਾਡੇ ਵਾਲੇ ਪਾਸੇ ਕੋਈ ਨਹੀਂ ਆਇਆ ਅੱਛਾ ਭੁੱਖ ਦੀ ਤਕਲੀਫ ਅਸੀਂ ਜ਼ਿਆਦਾ ਚੱਲੀ ਉੱਥੇ ਮਤਲਬ ਬਹੁਤ ਭੁੱਖ ਬਹੁਤ ਫਿਰ ਜਦੋਂ ਅਸੀਂ ਅਟਾਰੀ ਗੱਡੀ ਆ ਗਈ ਅਤੇ ਉੱਥੇ ਬੋਲੇ ਸੋ ਨਿਆਲ ਸਤਿ ਸ਼੍ਰੀ ਅਕਾਲ ਹੋਣ ਲੱਗ ਪਏ ਅਸੀਂ ਕਿਹਾ ਵੀ
जो बच्चा बुढ़ा सारिया नू पानी पिया फिर उतो गड्डी तोरी उन्होंने ठीक 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 लगे भी उधरों आए आ अच्छा मकान उधर बेवाद पै सके नहीं उदा उदा पिंड सारा मुसलमाना दा पिंड सी मुसलमाना दा सगा अच्छा अच्छा की बंदिया ने ना चेते पुराणिया दे जेड़े सगे ना दो चार नहीं ते रौलिया वेले की बनया पिंड दा ਬੇ ਪਿੰਡ ਦੀ ਬੇਬਾਦੀ ਸੀ ਜਿੱਦਾਂ ਜਿੱਦਾਂ ਕੋਉਂਦਾ ਸੀ ਉਦੋਂ ਤਾਂ ਉਹਨਾਂ ਨੂੰ ਵਿਚਾ ਕੇ ਬੈਠੀ ਜਾਂਦੇ ਸੀ ਅਲਾਊਟ ਕਿਸੇ ਨੂੰ ਹੋਇਆ ਨਹੀਂ ਸੀਗਾ ਉਹਲੇ ਨਹੀਂ ਨਹੀਂ ਜਦੋਂ ਗਏ ਆ ਉਹ ਮੈਂ ਉਦੋਂ ਦੀ ਗੱਲ ਕਰਦਾ ਉਹ ਤੋਂ ਬਾਅਦ ਜਿਹੜੇ ਆਪਣੇ ਬੰਦੇ ਇੱਧਰ ਆਏ ਨਾ ਉਹ ਤਾਂ ਆਏ ਆ ਇਹ ਤਾਂ ਇਹਨਾਂ ਦਾ ਗੱਲ ਸੁਣ ਲਈ ਇਹਨਾਂ ਦੀ ਜਿਹੜੇ ਗਏ ਆ ਉਹ ਸਹੀ ਸਲਾਮਤ ਗਏ ਜਾਂ ਇੱਥੇ ਹਮਲਾ ਹੋਇਆ ਸੀ ਹਮਲੇ ਹੁੰਦੇ ਰਹੇ ਤੁਸੀਂ ਇਸੇ ਪਿੰਡ 'ਚ ਸੀਗੇ ਆਹਾਂ ਅੱਛਾ ਅੱਛਾ ਇੱਥੇ ਕਿੰਨੀ ਕੁ ਕਤਲੋ ਗਾਰਤ ਹੋਈ ਇੱਧਰ ਕਤਲ ਤਾਂ ਬਥੇਰੇ ਹੋਏ ਅੱਜ ਆ ਇੱਧਰ ਪਿਪਲੀ ਵਾਲਾ ਉੱਥੇ ਸੀਗਾ ਕੈਂਪ ਲੱਗਾ ਆ ਉਹ ਜਿਹਨ ਜਿੱਦਾਂ ਇਹ ਛੱਡਣ ਜਾਂਦੇ ਸੀ ਉਹ ਕਰਦੇ ਸੀਗੇ ਉੱਧਰ ਇਹ ਵਿੱਚ ਕਰੀ ਜਾਂਦੇ ਸੀਗੇ ਠੀਕ ਆ ਹੋਰ ਉਹਨੇ ਹੀ ਕਰਨਾ ਅਤੇ ਸਭ ਤੋਂ ਵੱਡਾ ਘਰ ਕਿਹਦਾ ਸੀਗਾ ਇੱਥੇ ਵੱਡੇ ਸਾਰੇ ਸੀਗੇ ਬਹੁਤ ਸੀਗੇ ਵੱਡੇ ਦਾ ਘਰ ਚੌਧਰੀ ਚੌਧਰੀ ਕਰਦੇ ਹੁੰਦੇ ਸੀ ਪਤਾ ਨਾਂ ਤਾਂ ਕਿਸੇ ਦਾ ਨਾਂ ਆਉਂਦਾ ਹੀ ਨਹੀਂ ਸੀਗਾ ਉਹ ਪੁਰਾਣੇ ਚੌਧਰੀ ਜਾਣਾ ਉਹ ਚੌਧਰੀ ਰਾਜਪੂਤ ਹੋਣਗੇ ਫਿਰ ਆਹੋ ਇੱਦਾਂ ਸੀਗੇ ਹੋਰ ਤਾਂ ਗੱਲ ਕੋਈ ਨਹੀਂ ਅਗਲੇ ਪਾਸੇ ਲੈ ਜਾਓ ਠੀਕ ਹੈ ਜੀ